ਪਿਛਲੇ ਦਿਨੀ ਪਿੰਡ ਖੈਰਾ ਕੋਟਲੀ ਵਿੱਚ ਕਣਕ ਘੱਟ ਵੰਡਣ ਨੂੰ ਲੈ ਕੇ ਕੁਝ ਪਿੰਡ ਵਾਸੀਆਂ ਵੱਲੋਂ ਡਿਪੂ ਹੋਲਡਰ ਦਾ ਵਿਰੋਧ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਹੋਇਆਂ ਪਿੰਡ ਖੈਰਾ ਕੋਟਲੀ ਦੇ ਵਾਸੀਆਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਡਿਪੂ ਹੋਲਡਰ ਵੱਲੋਂ ਪੂਰੀ ਕਣਕ ਮਿਲਦੀ ਹੈ ਅਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਉਹ ਸਾਨੂੰ ਘੱਟ ਕਣਕ ਦੇ ਰਹੇ ਹਨ। ਅਸੀਂ ਘਰ ਵਿੱਚ ਨਾ ਵੀ ਹੋਈਏ ਤਾਂ ਉਹ ਸਾਡੀ ਕਣਕ ਰੱਖ ਕੇ ਸਾਨੂੰ ਫੋਨ ਕਰਦੇ ਹਨ। ਇਹ ਸਿਰਫ ਉਹਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਇਸ ਮੌਕੇ ਡਿਪੂ ਹੋਲਡਰ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੂੰ ਕਣਕ ਘੱਟ ਨਹੀਂ ਦਿੰਦੇ ਅਤੇ ਜੇ ਕਿਸੇ ਦਾ ਕੋਈ ਵਿਰੋਧ ਹੈ ਤਾਂ ਉਸ ਨੂੰ ਪੁੱਛ ਲਓ। ਇਹ ਸਿਰਫ ਸਿਆਸਤ ਕਰਕੇ ਮੇਰੇ ਨਾਲ ਚਾਲ ਖੇਡੀ ਜਾ ਰਹੀ ਹੈ। ਇਸ ਮੌਕੇ ਕਈ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਇਹ ਕਣਕ ਵੰਡਦੇ ਸਨ ਤਾਂ ਉਦੋਂ ਹਰ ਇੱਕ ਪਰਿਵਾਰ ਨੂੰ 4-4 ਕਿਲੋ ਕਣਕ ਘੱਟ ਮਿਲਦੀ ਹੁੰਦੀ ਸੀ, ਜਿਸ ਦੀ ਕੰਪਲੇਂਟ ਅਸੀਂ ਗੁਰਦਾਸਪੁਰ ਹਿਟਨ ਦੇ ਵਿੱਚ ਕੀਤੀ ਹੋਈ ਹੈ, ਜਿਸ ਦਾ ਹਜੇ ਤੱਕ ਕੋਈ ਜਵਾਬ ਨਹੀਂ ਆਇਆ। ਮੈਂ ਖੈਰਾ ਕੋਟਲੀ ਤੋਂ ਜੀ, ਇਹ ਜਿਹੜਾ ਸਰਬਜੀਤ ਸਿੰਘ ਹੈ ਨਾ ਜੀ, ਇਹਦੇ ਉੱਤੇ ਮੈਂ ਕੇਸ ਵੀ ਕੀਤਾ ਹੋਇਆ। ਉਸ ਟਾਈਮ ਪ੍ਰੇਮ ਸਿੰਘ ਮੈਂਬਰ ਪੰਚਾਇਤ ਸੀ, ਮੈਂ ਇਹਨਾਂ ਨੂੰ ਕਿਹਾ ਕਿ ਕਣਕ ਘੱਟ ਦੇ ਰਿਹਾ ਅਤੇ ਕਹਿੰਦਾ ਜੀ ਤੂੰ ਕੋਈ ਸਰਪੰਚ ਨਹੀਂ, ਕੋਈ ਪਿੰਡ ਦਾ ਮੋਧਬਰ ਨਹੀਂ, ਚੁੱਕ ਕੇ ਇੱਥੋਂ ਝੋਲਾ 'ਤੇ ਦਫਾ ਹੋ। ਉਸ ਟਾਈਮ ਫਿਰ ਮੈਂ ਇਹਦੇ ਉੱਤੇ ਵਿਰੋਧ ਕੀਤਾ ਅਤੇ ਵੀਡੀਓ ਬਣਾਈ ਅਤੇ ਕੇਸ ਵੀ ਕੀਤਾ ਹੋਇਆ, ਜਿਹਦਾ ਮੈਂ ਤਰੀਕਾਂ ਭੁਗਤੀਆਂ ਨੇ ਅਤੇ ਸਾਰੇ ਕੰਮ ਨਾਲ ਕਰਕੇ। ਆਮ ਪਾਰਟੀ ਵਾਲੇ ਉਹਨਾਂ ਕੋਲ ਦਾਣੇ ਲੈਂਦੇ ਆ ਜੀ, ਆਮ ਪਾਰਟੀ ਵਾਲੇ ਬੋਰੀਆਂ ਦੀਆਂ ਬੋਰੀਆਂ ਦਾਣੇ ਲੈਂਦੇ ਨੇ, ਇਸ ਕਰਕੇ ਸਾਰੇ ਰਲੇ ਹੋਏ ਨੇ। ਇਸ ਕਰਕੇ ਇਹ ਡਿਪੂ ਹੋਲਡਰ ਚੰਗਾ ਆ, ਇਹਨੂੰ ਦਬਾਅ ਥੱਲੇ ਲਿਆਉਣਾ ਚਾਹੁੰਦੇ ਨੇ, ਕਿਉਂਕਿ ਸਾਡੀ ਸਰਕਾਰ ਆ ਜੀ, ਸਾਡਾ ਉਹ ਆ ਜੀ, ਇਹਦੇ ਨਾਲ ਦਬਾਅ ਥੱਲੇ ਲਿਆਉਣਾ। ਜੋ ਗਰੀਬ ਲੋਕ ਨੇ ਉਹਨਾਂ ਨੂੰ ਦਾਣੇ ਪੂਰੇ ਮਿਲਦੇ ਨੇ, ਸਾਨੂੰ ਵੀ ਪੂਰੇ ਮਿਲਦੇ ਨੇ। ਜੇ ਕੋਈ ਇਹਨਾਂ ਨੂੰ ਕਮੀ ਪੇਸ਼ੀ ਆ ਤਾਂ ਮੈਂ 8 ਮਹੀਨੇ ਬਾਅਦ ਬਾਹਰੋਂ ਕੰਮ ਕਰਕੇ ਆਇਆ, ਮੇਰੇ ਨਾਲ ਡਿਬੇਟ ਕਰਕੇ ਬਹਿ ਕੇ ਵੇਖ ਲੈਣਾ ਵੀ ਕਿਹਨੂੰ ਦਾਣੇ ਘੱਟ ਮਿਲੇ ਨੇ, ਕਿਹਨੂੰ ਨਹੀਂ ਮਿਲੇ। ਆ ਵੇਖੋ, ਜਦੋਂ ਅਸੀਂ 14-3 ਨੂੰ ਜਿਨ੍ਹਾਂ ਜਨਾਨੀਆਂ ਨੂੰ ਦਾਣੇ ਨਹੀਂ ਮਿਲੇ, ਜਿਨ੍ਹਾਂ ਜਨਾਨੀਆਂ ਨੂੰ ਨਹੀਂ ਦਾਣੇ ਮਿਲੇ, ਉਹਨਾਂ ਜਨਾਨੀਆਂ ਦੇ ਅਸੀਂ ਨਾਂ ਲਿਖ ਕੇ ਪਰਚਾ ਕੱਟ ਕੇ ਇਹ ਉੱਥੇ ਦਫ਼ਤਰ ਵੀ ਗਏ ਅਸੀਂ, ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਆਹ ਸਾਰਾ ਤੁਸੀਂ ਪਰਚਾ ਆਪ ਹੀ ਵੇਖ ਲਓ ਕਿੱਥੋਂ ਤੱਕ ਲਿਖਿਆ, ਇਹ ਸਾਰਾ ਪਰਚਾ ਅਸੀਂ ਉੱਥੇ ਦਫ਼ਤਰ ਵੀ ਗਏ, ਆਹ ਸਾਰੇ ਜਿੰਨੇ ਅਸੀਂ ਜਨਾਨੀਆਂ ਦੇ ਨੰਬਰ ਲਿਖ ਕੇ ਦਾਣੇ ਲਿਖ ਕੇ ਸਭ ਕੁਝ ਖੜਿਆ। ਇਹਨਾਂ ਸਾਡੇ ਵਿਰੁੱਧ ਇਹੋ ਗੱਲ ਫੜੀ ਦੀ ਆ, ਇਹ ਖਾ ਗਏ, ਖਾਈ ਆਪ ਜਾਂਦੇ ਨੇ ਨਾ ਇਹਦਾ ਲਾਉਂਦੇ ਨੇ, ਉਹਨੇ ਬਾਹ ਖੜੀ ਕਰਕੇ DFO ਸੁਖਵਿੰਦਰ ਸਿੰਘ ਨਹੀਂ ਮਿਲੇ ਸਰ, ਅਸੀਂ ਦੇਖ ਆਏ, ਇਹਦੀ ਅਜੇ ਕੋਈ ਕਾਰਵਾਈ ਨਹੀਂ ਹੋਈ। ਇਹਦੇ ਵਿੱਚ 112 ਮੇਰਾ ਨਾਂ ਡਾਕਟਰ ਰਣਧੀਰ ਸਿੰਘ ਹੈ ਜੀ, ਮੈਂ ਡਿਪੂ ਹੋਲਡਰ ਹਾਂ, ਮੇਰਾ 30 ਨੰਬਰ ਵਾ, ਠੀਕ ਹੈ ਜੀ। ਮੈਂ ਖੈਰਾ ਕੋਟਲੀ ਤੋਂ ਬੋਲਦਾ ਵਾਂ। ਲੋਕਾਂ ਨੂੰ ਕਣਕ ਦਈਦੀ ਆ, ਮੇਰੇ 'ਤੇ ਕੱਲ੍ਹ ਇਲਜ਼ਾਮ ਲਾਏ ਨੇ ਇਹਨਾਂ ਨੇ ਝੂਠੇ, ਉਹ ਲੋਕਾਂ ਦੀ ਜ਼ਬਾਨੀ ਤੁਸੀਂ ਸੁਣਨਾ ਸਾਰਾ ਕੁਝ ਕਿ ਸੱਚ ਕੀ ਆ ਅਤੇ ਝੂਠ ਕੀ ਆ, ਇਹ ਲੋਕ ਪਹਿਲਾਂ ਕੀ ਕਰਦੇ ਰਹੇ ਅਤੇ ਮੈਂ ਡਿਪੂ ਕਿਉਂ ਲਿਆ ਅਤੇ ਕਿਸ ਵਜ੍ਹਾ ਕਰਕੇ ਲਿਆ, ਇਹ ਇਹਨਾਂ ਲੋਕਾਂ ਦੀ ਜ਼ਬਾਨੀ ਸੁਣਨਾ ਤੁਸੀਂ। ਇਹ ਲੋਕ ਤੁਹਾਨੂੰ ਦੱਸਣਗੇ ਸਾਰੇ ਜਿੰਨੇ ਵੀ ਆਏ, ਜਿੰਨੇ ਵੀ ਲੋਕ ਮੇਰੇ ਤੋਂ ਕਣਕ ਖੜਦੇ ਆ, ਅਤੇ ਇਹ ਆਪ ਕਹਿੰਦੇ ਆ ਵੀ ਅਸੀਂ ਦੂਜੇ ਪਾਸਿਓਂ ਕਣਕ ਨਹੀਂ ਲੈਣੀ ਅਤੇ ਅਸੀਂ ਰਣਧੀਰ ਸਿੰਘ ਵੱਲੋਂ ਕਣਕ ਲੈਣੀ ਆ, ਬਾਕੀ ਜਿਹੜਾ ਵਾ ਉਹ ਤੁਹਾਨੂੰ ਇਹ ਲੋਕ ਦੱਸਣਗੇ, ਕਿਉਂਕਿ ਇਹਨਾਂ ਲੋਕਾਂ ਦੀ ਜ਼ਬਾਨੀ ਸੁਣੋਗੇ ਅਤੇ ਜ਼ਿਆਦਾ ਸੱਚ ਦਾ ਪਤਾ ਲੱਗੇਗਾ, ਅਤੇ ਮੇਰਾ ਜਿਹੜਾ ਵਾ ਉਹ ਮੇਰਾ ਸੱਚ ਦੱਸਿਆ ਤੁਹਾਨੂੰ ਨਹੀਂ ਪਤਾ ਲੱਗਣਾ ਅਤੇ ਨਾ ਤੁਹਾਨੂੰ ਜਾਣਕਾਰੀ ਮਿਲਣੀ ਆ। ਇਹਨਾਂ ਲੋਕਾਂ ਕੋਲ ਜਾਣਕਾਰੀ ਮਿਲਣੀ ਆ, ਮੇਰੇ ਪਿੰਡ 'ਚ 2 ਡਿਪੂ ਆ, ਹਾਂ, ਕਣਕ ਬਾਹਰ ਰੱਖ ਕੇ ਦੇਵਾਂਗੇ, ਪਰ ਅਸੀਂ ਬਾਹਰ ਰੱਖ ਕੇ ਵੀ ਕਣਕ, ਜੇ ਕਿਸੇ ਨੂੰ ਇਤਰਾਜ਼ ਆ ਅਤੇ ਫਿਰ ਅਸੀਂ ਕਣਕ ਬਾਹਰ ਰੱਖ ਦਿੰਦੇ ਜਿੱਥੇ ਵੀ ਕਹਿਣਗੇ, ਪਰ ਮੇਰੇ ਕੋਲ ਜਿਹੜੀ ਮੈਂ ਡਿਪੂ ਹੋਲਡਰ ਜਦੋਂ ਮੈਂ ਡਿਪੂ ਲਿਆ ਸੀ, ਜਿਹੜੀ ਮੇਰੇ ਕੋਲ ਦੁਕਾਨ ਕਿਰਾਏ 'ਤੇ ਉਹ ਵੀ ਮੇਰੇ ਕੋਲ ਹੈ ਵਾ, ਅਵੇਲੇਬਲ ਆ, ਪਰ ਮੈਂ ਫਿਰ ਵੀ ਇੱਕ ਸਾਂਝੇ ਘਰ ਜੰਝ ਘਰ ਦੇ ਵਿੱਚ ਕਣਕ ਦਿੰਦਾ ਰਿਹਾ ਲੋਕਾਂ ਨੂੰ, ਕਿਉਂਕਿ ਉਹ ਖੁੱਲ੍ਹੀ ਜਗ੍ਹਾ ਹੋਣ ਕਰਕੇ ਮੈਂ ਉਹ ਕਣਕ ਦਿੰਦਾ ਰਿਹਾ ਵਾਂ। ਬਾਕੀ ਇਹਨਾਂ ਲੋਕਾਂ ਦੀ ਜ਼ਬਾਨੀ ਸੁਣੋ, ਇਹ ਲੋਕ ਤੁਹਾਨੂੰ ਕੀ ਕਹਿਣਾ ਚਾਹੁੰਦੇ ਆ।
ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈਗੀ ਸਾਨੂੰ ਜਿੱਦ ਤੱਕ ਕਣਕ ਮਿਲਦੀ ਹੈ ਬਰਾਬਰ ਮਿਲਦੀ ਹੈ ਔਰ ਪ੍ਰੋਪਰ ਹੁਣ ਵੀ ਚੈੱਕ ਕਰ ਸਕਦੇ ਸਾਨੂੰ ਜਿੰਨੀ ਵੀ ਮਿਲੀ ਹੈ ਬਰਾਬਰ ਮਿਲੀ ਹੈ ਨਹੀਂ ਕੁਛ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਹਾਂਜੀ ਸਾਨੂੰ ਮੇਰਾ ਨਾਂ ਦਰਸ਼ਨ ਸਿੰਘ ਆ ਜੀ ਅਸਲ ਗੱਲ ਇਹ ਹੈ ਵੀ ਇਹ ਪੋਲੀਟੀਕਲ ਗੇਮ ਆ ਜੀ ਕੋਈ ਕਣਕ ਨਹੀਂ ਘੱਟ ਮਿਲਦੀ ਜਿਹਦੇ ਨਾਲ ਘੱਟ ਮਿਲਦੀ ਉਸੇ ਕਰਕੇ ਡਿਪੂ ਇੱਧਰ ਆਇਆ ਹੋਇਆ ਔਰ ਲੋਕ ਖੁਸ਼ ਨੇ ਤੁਹਾਡੇ ਸਾਹਮਣੇ ਪਤਾ ਹੋਊਗਾ ਅੱਜ ਵੀ ਤੁਸੀਂ ਵੇਖ ਲਓ ਜਾਂ ਤੋਲ ਲੱਗਾ ਵਾ ਇੱਕ ਕਿਲੋ ਇੱਕ ਸ਼ੇਅਰ ਘੱਟ ਨਹੀਂ ਜਾ ਰਹੀ ਕਿਸੇ ਨੂੰ ਕਣਕ ਐਨ ਪੂਰੀ ਪੂਰੀ ਕਣਕ ਮਿਲ ਰਹੀ ਆ ਇਹ ਜਿੰਨਾ ਵੀ ਹੈਗਾ ਆਪਣੀਆਂ ਦਾ ਇਲਜ਼ਾਮ ਆ ਬਸ ਹੋਰ ਕੋਈ ਗੱਲ ਨਹੀਂ ਹਾਂਜੀ ਸਾਨੂੰ ਇੱਥੋਂ ਕਣਕ ਪੂਰੀ ਮਿਲਦੀ ਹੈ ਸਾਨੂੰ ਪਰਚੀ ਵੀ ਕੱਟੀ ਜਾਏ ਤੀਜੇ ਦਿਨ ਚੌਥੇ ਦਿਨ ਸਾਨੂੰ ਕਣਕ ਪੂਰੀ ਇਹਨਾਂ ਦੇ ਘਰੋਂ ਲੈ ਕੇ ਵੀ ਚੱਲ ਜਾਈਦੀ ਹਾਂਜੀ ਧੀਰ ਸਿੰਘ ਹਾਂਜੀ ਕਣਕ ਸਾਨੂੰ ਪੂਰੀ ਮਿਲਦੀ ਹੈ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज।